गल स्कूलिंग वीजा दी करांगे, पर इत्थे कई देखो साढ़े कोल सवाल आंदे ने। कोई जानना चाहुंदा है कैनेडा स्कूलिंग वीजा बारे, कोई जानना चाहुंदा है आस्ट्रेलिया स्कूलिंग वीजा बारे। सो अज दी वीडियो विच उन्हां सारयां नूं ही असीं चंगी इनफॉर्मेशन देण जा रहे हां। चाहे तुसीं अपने बच्चे लई कैनेडा स्कूलिंग वीजा लई अप्लाई करना है या फिर आस्ट्रेलिया स्कूलिंग वीजा लई, कि गलों का ध्यान रखना है। और अगर आपां गल करिए, समा बहुत घट रह गया है, सो इस घट समय विच किवें तुसीं सारी फॉर्मैलिटीज़ कंप्लीट कर सकते हो, कि गलों का ध्यान रख के फटाफट अप्लाई कर सकते हो, इस ਉੱਪਰ ਪੂਰਾ ਫੋਕਸ ਕਰਦੇ ਹੋਏ ਕੰਪਲੀਟ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਾਂਗੇ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ, ਔਰ ਡਿਟੇਲ ਵਿੱਚ ਇਹ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ ਨੂੰ। ਤਾਂ ਮੈਮ, ਅੱਜ ਜਿਵੇਂ ਕਿ ਆਪਾਂ ਆਸਟ੍ਰੇਲੀਆ ਸਕੂਲਿੰਗ ਵੀਜ਼ਾ, ਕੈਨੇਡਾ ਸਕੂਲਿੰਗ ਵੀਜ਼ਾ ਦੇ ਉੱਪਰ ਗੱਲ ਕਰਨ ਜਾ ਰਹੇ ਹਾਂ, ਤਾਂ ਪਹਿਲਾਂ ਤਾਂ ਜ਼ਰੂਰ ਦੱਸੋ ਕਿ ਟਾਈਮ ਕਿੰਨਾ ਬਚਿਆ ਦੋਵੇਂ, ਅਗਰ ਆਪਾਂ ਕੈਟੇਗਰੀਜ਼ ਦੀ ਗੱਲ ਕਰਦੇ ਹਾਂ, ਕਿਹੜੇ ਸਟੂਡੈਂਟਸ ਆਪਾਂ ਮੰਨ ਸਕਦੇ ਹਾਂ ਕਿ ਅਪਲਾਈ ਕਰ ਸਕਦੇ ਨੇ। ਔਰ ਫਾਈਨੈਂਸ਼ੀਅਲਸ ਦੀ ਗੱਲ ਕਰੀਏ, ਸਮਾਂ ਵੀ ਜਿਵੇਂ ਗੱਲ ਕਰੀਏ 1 ਮਈ ਤੱਕ ਅਪਲਾਈ ਕੀਤਾ ਜਾ ਸਕਦਾ ਹੈ, ਫਾਰਮੈਲਿਟੀਜ਼ ਨੂੰ ਪੂਰਾ ਕਰਨ ਦੇ ਵਿੱਚ ਇੰਨੇ ਲਿਮਿਟਡ ਟਾਈਮ ਵਿੱਚ ਕਿਵੇਂ ਸਾਰਾ ਕੁਝ ਕੰਪਲੀਟ ਕਰਕੇ ਹਲੇ ਵੀ ਚੰਗੀਆਂ ਆਪਸ਼ਨਸ ਮਿਲ ਸਕਦੀਆਂ ਨੇ? ਦੇਖੋ, ਜਿਹੜਾ ਸਕੂਲਿੰਗ ਵੀਜ਼ ਹੈ, ਇਹ ਬਹੁਤ ਗੋਲਡਨ ਅਪਰਚੁਨਿਟੀ ਹੈ ਸਟੂਡੈਂਟਸ ਅਤੇ ਪੇਰੈਂਟਸ ਵਾਸਤੇ ਐਂਡ ਸਟੂਡੈਂਟਸ ਵਾਸਤੇ। ਥਰਡ ਕਲਾਸ ਆਨਵਰਡ ਕੋਈ ਵੀ ਬੱਚਾ 11th ਤੱਕ ਸਕੂਲਿੰਗ ਵੀਜ਼ਾ ਦੇ ਥਰੂ ਅਪਲਾਈ ਕਰ ਸਕਦਾ ਹੈ। ਉਹਦੇ ਨਾਲ ਪੇਰੈਂਟਸ ਵੀ ਨਾਲ ਜਾ ਸਕਦੇ ਆ। ਇੱਕ ਜਿਹਨੂੰ ਕਹਿੰਦੇ ਇੱਕ ਲੁਭਾਵਨਾ ਇੱਕ ਸਕੀਮ ਹੋ ਜਾਂਦੀ ਹੈ ਕਿ ਸਟੂਡੈਂਟ ਦੇ ਨਾਲ ਪੇਰੈਂਟਸ ਜਾਣ ਦੇ ਚਾਹਵਾਨ ਹੈ ਜਾਂ ਉੱਥੇ ਦਾ ਜਿਹੜਾ ਕਲਚਰ ਦੇਖਣਾ ਚਾਹੁੰਦੇ ਆ। ਇਹ ਰੀਜ਼ਨ ਇਹ ਹੈ ਕਿ ਛੋਟਾ ਬੱਚਾ ਜਿਹੜਾ ਇਕੱਲਾ ਨਹੀਂ ਜਾ ਸਕਦਾ, ਮਾਂ ਜਾਂ ਬਾਪ ਦੀ ਸਪੋਰਟ ਚਾਹੀਦੀ ਹੈ, ਤਾਂ ਕਈ ਵਾਰੀ ਦੋਨਾਂ ਦਾ ਵੀ ਅਪਲਾਈ ਵੀਜ਼ਾ ਇਕੱਠਾ ਵੀ ਹੋ ਸਕਦਾ ਕੈਨੇਡਾ ਦੇ ਵਿੱਚ ਸਪੈਸ਼ਲੀ। ਆਸਟ੍ਰੇਲੀਆ ਦੇ ਵਿੱਚ ਅਸੀਂ ਜ਼ਿਆਦਾਤਰ ਮਦਰ ਦੇ ਨਾਲ ਕਰਦੇ ਹਾਂ, ਅਤੇ ਜੋ ਚਾਹੁਣ ਤਾਂ ਪੇਰੈਂਟਸ ਦੋਨੋਂ ਵੀ ਜਾ ਸਕਦੇ ਜੇ ਉਹਨਾਂ ਦੀ ਇਨਕਮ ਬਹੁਤ ਅੱਛੀ ਹੈ। ਇਨਕਮ ਮਤਲਬ ਕੋਈ ਰੈਂਟਲ ਆ ਰਹੀ ਹੈ ਜਾਂ ਕੋਈ ਇੱਕ ਜਿਹਨੂੰ ਕਹਿੰਦੇ ਕਿ ਸਟੈਟਿਸਟੀਕਲ ਇਨਕਮ ਇੱਕ ਇਹਨਾਂ ਦੀ ਇਕੱਠੀ ਆ ਰਹੀ ਹੈ, ਤਾਂ ਦੋਨੋਂ ਵੀ ਇਕੱਠੇ ਕਰ ਸਕਦੇ ਆ। ਹੁਣ ਜਿਹੜਾ ਇਹਨਾਂ ਨੂੰ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਹਫ਼ਤੇ 10 ਦਿਨ ਦਾ ਸਾਡੇ ਕੋਲ ਟਾਈਮ ਰਹਿ ਗਿਆ ਮੈਕਸੀਮਮ ਅਪਲਾਈ ਕਰਨ ਦਾ, ਤੁਸੀਂ ਲਾਸਟ 2 ਮਾਰਕਸ਼ੀਟਸ ਕੈਨੇਡਾ ਵਾਸਤੇ ਔਰ ਆਸਟ੍ਰੇਲੀਆ ਵਾਸਤੇ 3 ਮਾਰਕਸ਼ੀਟਸ ਇਹ ਜ਼ਰੂਰ ਲੈ ਕੇ ਆਉਣੀ ਹੈ। ਕੈਨੇਡਾ ਦੇ ਵਿੱਚ ਸਾਨੂੰ ਪਰਸੈਂਟੇਜ ਦੀ ਕੋਈ ਪ੍ਰੋਬਲਮ ਨਹੀਂ, ਬਟ ਆਸਟ੍ਰੇਲੀਆ ਵਾਸਤੇ 60% ਈਚ ਸਾਨੂੰ ਚਾਹੀਦਾ। ਆਇਲਟਸ ਨਹੀਂ ਚਾਹੀਦੀ ਹੈ, ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ ਦੇ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ। ਫਾਈਨੈਂਸ਼ੀਅਲ ਡਾਕੂਮੈਂਟਸ ਦੋਨੋਂ ਕੰਟਰੀਆਂ ਵਾਸਤੇ ਕਾਮਨ ਹੈ, ਬਹੁਤ ਅੱਛੇ ਚਾਹੀਦੇ ਆ। ਇਨਕਮ ਟੈਕਸ ਰਿਟਰਨ 2 ਸਾਲ ਦੀਆਂ ਐਂਡ ਫਾਈਨੈਂਸ਼ੀਅਲ ਤੁਹਾਡੇ ਅੱਛੇ ਸਟਰੋਂਗ ਹੋਣ, ਉਹ ਜ਼ਰੂਰ ਹੋਣੇ ਚਾਹੀਦੇ ਆ। ਹੁਣ ਤੁਸੀਂ ਡਿਸਾਈਡ ਕਰਨਾ ਕਿ ਪੇਰੈਂਟਸ ਦੇ ਵਿੱਚ ਐਜ਼ ਅ ਗਾਰਜੀਅਨ ਕਿੰਨੇ ਜਾਣਾ, ਕਿਉਂਕਿ ਐਜ਼ ਅ ਗਾਰਜੀਅਨ ਤੁਸੀਂ ਨਹੀਂ ਜਾਓਗੇ ਤਾਂ ਫਿਰ ਲਿਵਿੰਗ ਐਕਸਪੈਂਸਿਸ ਜਿਹੜਾ ਉਹਦੇ ਵਾਸਤੇ ਥੋੜ੍ਹਾ ਜਿਹਾ ਇੱਕ, ਕਿਉਂਕਿ ਸਕੂਲ ਨੇ ਤੁਹਾਡੀ ਰਿਸਪੋਂਸੀਬਿਲਟੀ ਲੈਣੀ ਹੈ, ਉਹ ਤੁਹਾਨੂੰ ਖਰਚਾ ਥੋੜ੍ਹਾ ਜ਼ਿਆਦਾ ਪੈਂਦਾ, ਤਾਂ ਬੈਟਰ ਹੈ ਤੁਸੀਂ ਜੇ ਨਾਲ ਜਾਣਾ ਚਾਹੁੰਦੇ ਉਹ ਤੁਹਾਡੇ ਵਾਸਤੇ ਔਰ ਬੱਚੇ ਵਾਸਤੇ ਇਮੋਸ਼ਨਲ ਸਪੋਰਟ ਵੀ ਰਹਿੰਦੀ ਹੈ ਅਤੇ ਸਟੂਡੈਂਟ ਵਾਸਤੇ ਵੀ ਉਹ ਚੀਜ਼ ਬਹੁਤ ਅੱਛੀ ਹੈ। ਬਾਰ ਬਾਰ ਮੈਂ ਦੱਸੂੰਗੀ, ਫਾਈਨੈਂਸ਼ੀਅਲ ਡਾਕੂਮੈਂਟਸ ਤੁਹਾਡੇ ਠੀਕ ਹੋਣੇ ਚਾਹੀਦੇ ਆ। ਫਿਰ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ, ਤੁਸੀਂ ਸਾਡੀ ਟੀਮ ਨਾਲ ਕੰਟੈਕਟ ਕਰ ਸਕਦੇ ਹੋ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿੰਨੀ ITR ਚਾਹੀਦੀ ਹੈ, ਕਿੰਨਾ ਤੁਹਾਨੂੰ ਐਗਜ਼ੈਕਟ ਅਮਾਊਂਟ ਚਾਹੀਦਾ ਸ਼ੋਅ ਕਰਨ ਵਾਸਤੇ। ਫੀਸ ਕੈਨੇਡਾ ਦੀ ਤਾਂ ਜਸਟ 4 ਲੱਖ ਰੁਪਇਆ ਤੁਹਾਡੀ ਜਾਣੀ, 3.5-4 ਲੱਖ ਰੁਪਏ 6 ਮਹੀਨੇ ਦੀ ਫੀਸ ਜਾਣੀ ਹੈ। ਤੁਸੀਂ ਇਹ ਸੋਚੋ ਕਿੰਨਾ ਕੁ ਲੁਭਾਵਨਾ ਕਿ ਤੁਸੀਂ 3.5-4 ਲੱਖ ਰੁਪਏ ਫੀਸ ਦੇ ਕੇ ਮਾਂ ਬਾਪ ਦੋਨੋਂ ਜਾ ਸਕਦੇ ਆ ਬੱਚੇ ਦੇ ਨਾਲ, ਔਰ ਬੱਚਾ ਇੰਨੀ ਸਸਤੀ ਫੀਸ 'ਚ ਪੜ੍ਹ ਰਿਹਾ ਕਿ ਜਿਹੜਾ ਤੁਹਾਡਾ ਜਾਣ ਦਾ ਸੁਪਨਾ ਸੀਗਾ ਉਹ ਤੁਹਾਡਾ ਇੱਕ ਪੂਰਾ ਹੋ ਰਿਹਾ ਬੱਚੇ ਦੇ ਨਾਲ। ਜੀ ਬਿਲਕੁਲ ਸਹੀ ਗੱਲ ਹੈ। ਅਤੇ ਮੈਮ, ਜਦੋਂ ਆਪਾਂ ਇਸਦੇ ਪ੍ਰੋਸੈਸ ਦੀ ਪੂਰੀ ਗੱਲ ਕਰੀਏ, ਕੈਨੇਡਾ ਦਾ ਸਕੂਲਿੰਗ ਵੀਜ਼ਾ ਵੀ ਦੇਖੀਏ, ਆਸਟ੍ਰੇਲੀਆ ਦਾ ਸਕੂਲਿੰਗ ਵੀਜ਼ਾ ਦੇਖੀਏ, ਕਿਸਦਾ ਪ੍ਰੋਸੈਸ ਥੋੜ੍ਹਾ ਈਜ਼ੀ ਹੈ ਸਾਰੀ ਫਾਰਮੈਲਿਟੀਜ਼ ਦੀ ਗੱਲ ਕਰੀਏ, ਕਿ ਇਸਦੇ ਆਧਾਰ 'ਤੇ ਵੀ ਕੋਈ ਆਪਣਾ ਮਨ ਬਣਾ ਸਕਦਾ ਕਿ ਆਪਾਂ ਸਾਨੂੰ ਕਿੱਥੇ ਅਪਲਾਈ ਕਰਨਾ ਚਾਹੀਦਾ? ਦੇਖੋ, ਇਹ ਪੇਰੈਂਟਸ ਦੇ ਉੱਪਰ ਰਹਿੰਦਾ ਕਿ ਉਹ ਕਿਹੜੀ ਕੰਟਰੀ ਦੀ ਚੋਇਸ ਕਰਦੇ ਆ। ਪ੍ਰੋਸੈਸ ਜਿਹੜਾ ਦੋਨਾਂ ਦਾ ਹੀ ਆਲਮੋਸਟ ਸੇਮ ਹੀ ਰਹਿੰਦਾ। ਅਸੀਂ ਦੋਨੋਂ ਕੰਟਰੀਜ਼ ਦੇ ਗਵਰਨਮੈਂਟ ਦੀ ਤਰਫ ਜਿਹੜੇ ਹੈ ਅਸੀਂ ਮਤਲਬ ਡੈਜ਼ਿਗਨੇਟਿਡ ਰਿਪ੍ਰੈਜੈਂਟੇਟਿਵ ਹਾਂ ਪੂਰੇ ਗਵਰਨਮੈਂਟਸ ਦੀ ਤਰਫ ਤੋਂ ਹੈ, ਅਤੇ ਇਸ ਕਰਕੇ ਸਟੂਡੈਂਟ ਜਿਹੜੇ ਅਸੀਂ ਗਵਰਨਮੈਂਟ ਸਕੂਲ 'ਚ ਭੇਜ ਰਹੇ ਹਾਂ ਜਿਸ ਦੇ ਵਿੱਚ ਫੀਸਾਂ ਬਹੁਤ ਘੱਟ ਹੁੰਦੀਆਂ। ਸਿਲੈਕਸ਼ਨ ਪ੍ਰੋਸੈਸ ਜਿਹੜਾ ਹੁੰਦਾ 15 ਡੇਜ਼ ਦਾ ਆਫਰ ਲੈਟਰ ਹੁੰਦਾ, ਆਫਰ ਲੈਟਰ ਦੇ ਆਉਣ ਦੇ ਬਾਅਦ ਫੀਸ ਜਮ੍ਹਾਂ ਕਰਾਉਣੀ ਹੈ, ਫੀਸ ਜਮ੍ਹਾਂ ਕਰਾਉਣ ਦੇ ਬਾਅਦ ਤੁਸੀਂ ਜਿਹੜਾ ਵੀਜ਼ਾ ਫਾਈਲ ਲਗਾਉਣੀ ਆ। ਇਹ ਵੀ ਸਾਰਾ ਪ੍ਰੋਸੈਸ ਮੇਰੇ ਖਿਆਲ 1.5 ਤੋਂ 2 ਮਹੀਨੇ ਦੇ ਅੰਦਰ ਅੰਦਰ ਦਾ, ਲੇਕਿਨ ਟਾਈਮ ਸਮਾਂ ਬਹੁਤ ਘੱਟ ਰਹਿ ਗਿਆ, ਜਿੰਨੀ ਜਲਦੀ ਤੁਸੀਂ ਅਪਲਾਈ ਕਰੋਗੇ ਉਨਾ ਹੀ ਬੈਟਰ ਹੈ।
नहीं तो फिर तुम नैक्सट इनटेक वास्ते अप्लाई करोगे। जी जी, सो मैम ने जिम्मे दसिया नैविगेटर्स ओवरसीज कैनेडा की गवर्नमेंट वालों आस्ट्रेलिया की गवर्नमेंट वालों स्कूलिंग वीज़ा लिए मानता प्राप्त कंपनी है। सो देखो अजकल देखते हैं मार्केट में कई तरह की नवी नवी होर कंट्री कंपनीज आ जाए ने, किस पर भरोसा करिए किस पर ना करिए एक वड्डा सवाल होंगे। तो अजिहे नैविगेटर्स ओवरसीज जो पिछले 27-28 सालों तो इस फील्ड में काम कर रहे, और अगर मैं दोबारा गल रिपीट करा कि कैनेडा गवर्नमेंट वालों और आस्ट्रेलिया गवर्नमेंट वालों स्कूलिंग वीज़ा लिए मानता प्राप्त कंसल्टेंट कंपनी असी कह सकते हैं। सो तुम जरूर भरोसे दे नाल इन्हां तों अप्लाई करवा सकते हो अपने बच्चे का स्कूलिंग वीज़ा, चाहे कि तुहाडा मन कैनेडा स्कूलिंग वीज़ा लई है, चाहे तुसी आस्ट्रेलिया स्कूलिंग वीज़ा लई सोच रहे हो। सो डिटेल विच तुसी समझना चाहो अपने बच्चे की प्रोफाइल के अकॉर्डिंगली, तुहाडे अपने डॉक्यूमेंट्स के अकॉर्डिंगली, तो जरूर जिहड़ा नंबर डिस्प्ले है इस उपर कॉल करके भी तुसी पूरी इन्फॉर्मेशन लै सकते हो। सब तो ही चंगा रहेगा जेकर तुसी डॉक्यूमेंट्स लैके जरूर नैविगेटर ओवरसीज ऑफिस विजिट करो ताकि डॉक्यूमेंट्स की असैसमेंट की जाए, तुहाडे तों भी डिटेल विच सारी इन्फॉर्मेशन लई जाए ते तुहानू सही ढंग समझाया जा सके, क्योंकि समा घट रह गया मैम। डेडलाइन तुसी जरूर एक बारी दस दो कि कदों तक अप्लाई कर देना चाहिए अगर किसी ने प्रोसैस शुरू करना है। 1 मई जिहड़ा लास्ट डेडलाइन है, उस तो पहला आने क्योंकि 1 मई लास्ट है, दैट मीनस उस तो पहले ही तुसी आके अप्लाई करो। चलो ठीक है, मैंने उम्मीद है जिन्होंने भी अप्लाई करना है टाइमली तुसी जरूर अपना प्रोसेस शुरू कर दो। बहुत बहुत थैंक्स मैम, ये इन्फॉर्मेशन तुसी सारी चंगे ढंग नाल पूरी समझा दीती है जिस विच कोई भी डाउट नहीं नज़र आ रहा। फिर भी कोई डाउट है लास्ट विच दोबारा गल कहूँगी, ये नंबर जिहड़ा इस उपर कॉल करके तुसी पूरी इन्फॉर्मेशन जरूर लै लो। अगों भी असं इसे तरह नाल होर इन्फॉर्मेटिव वीडियोज़ लैके आते रहेंगे, फिलहाल ही दिओ जी इजाजत। थैंक यू सो मच। थैंक यू।